ਜੀ ਬਿਲਕੁਲ ਹਾਜ਼ਰੀ ਇਹ ਗੱਲ ਹੈਗੀ ਹੈ ਕਿ ਸੇਫਟੀ ਜਿਹੜੀ ਹੈਗੀ ਆ ਖਾਸ ਕਰਕੇ ਜਦੋਂ ਟਰੈਕਿੰਗ ਦੀ ਆਪਾਂ ਗੱਲ ਕਰਦੇ ਹਾਂ ਤੇ ਸੇਫਟੀ ਜਿਹੜੀ ਆ ਉਹ ਕਈ ਵਾਰੀ ਅੱਖੋਂ ਉਹਦੇ ਕਰ ਦਿੱਤੀ ਜਾਂਦੀ ਆ ਔਰ ਖਾਸ ਕਰਕੇ ਆਪਾਂ ਬਹੁਤ ਵਾਰੀ ਦੇਖਦੇ ਹਾਂ ਕਿ ਆਪਣੀਆਂ ਜਿਹੜੀਆਂ ਵੀਡੀਓਜ਼ ਆ ਜਿਹੜੀਆਂ ਵੀ ਟਰੈਕਿੰਗ ਲਾਈਨ ਦੇ ਵਿੱਚ ਜਿਹੜੇ ਹੈਗੇ ਆ ਉਹ ਜਦੋਂ ਰੋਡ ਤੇ ਚੱਲ ਰਹੇ ਹੈਗੇ ਆ ਉਹ ਵੀਡੀਓਜ਼ ਲਾਈਵ ਸ਼ੂਟ ਕਰਦੇ ਆ ਵੀਡੀਓਜ਼ ਬਣਾਉਂਦੇ ਆ ਯਾਰ ਮੇਰੀ ਗੱਲ ਸੁਣੋ ਹਰ ਇੱਕ ਬੰਦੇ ਨੂੰ ਐਕਟਿਵ ਹੋਣਾ ਚਾਹੀਦਾ ਹਰ ਇੱਕ ਬੰਦੇ ਨੂੰ ਆਪਣਾ ਆਪ ਸੰਭਲ ਕੇ ਚੱਲਣਾ ਚਾਹੀਦਾ ਔਰ ਰੈਗੂਲਰ ਮੈਥਡ ਦੇ ਨਾਲ ਜਿਹੜੀਆਂ ਚੀਜ਼ਾਂ ਇਹ ਦੇਖਣੀਆਂ ਅਤੇ ਸਮਝਣੀਆਂ ਚਾਹੀਦੀਆਂ ਨਾ ਕਿ ਅਸੀਂ ਇੱਕ ਜਿਹੜਾ ਟਰੱਕ ਡਰਾਈਵਰ ਹੈਗਾ ਉਹ ਟਰੱਕ ਚਲਾਉਂਦਾ ਸੇਫਟੀ ਨੂੰ ਸਿੱਕੇ ਟੰਗ ਕੇ ਅਤੇ ਉਹ ਫਿਰ ਰਸਤੇ 'ਚ ਵੀਡੀਓ ਬਣਾਉਂਦੇ ਜਾਂਦੇ ਆ ਅਤੇ ਇੱਕ ਦੂਜੇ ਨੂੰ ਦੱਸਦੇ ਆ ਕਿ ਭਾਈ ਇੱਥੇ ਟ੍ਰੈਫਿਕ ਹੈਗਾ ਉੱਥੇ ਹੁਣ ਜੇ ਕੋਈ ਕੈਲੀਫੋਰਨੀਆ 'ਚ ਬੈਠਾ ਹੈ ਉਹਦੇ ਲਈ 40 ਦੇ ਉੱਤੇ ਟ੍ਰੈਫਿਕ ਜੇ ਓਕਲਾਹੋਮਾ 'ਚ ਹੈਗਾ ਨਥਿੰਗ ਟੂ ਡੂ ਵਿਦ ਇਟ ਜਿੰਨੇ ਕੁ ਕਿੰਨੇ ਕੁ ਉੱਥੇ 40 ਦੇ ਉੱਤੇ ਬੰਦੇ ਜਿਹੜੇ ਆਪਣੇ ਅਗਲੇ 50 ਮੀਲ ਕਿੰਨੇ ਕੁ ਬੰਦੇ ਹੋਣਗੇ ਜਿਹਨਾਂ ਨੂੰ ਦੱਸਣ ਦੀ ਲੋੜ ਹੈਗੀ ਆ ਵੀ ਆਹ ਚੀਜ਼ ਹੈਗੀ ਆ ਹਾਂ ਠੀਕ ਆ ਜੇ ਕੋਈ ਅਰਜੈਂਸੀ ਹੈਗੀ ਆ ਕੋਈ ਵੱਡਾ ਹੈਪਨ ਹੋਇਆ ਉਹਦਾ ਠੀਕ ਆ ਖੜੇ ਹੋ ਕੇ ਤੁਸੀਂ ਕੋਈ ਵੀਡੀਓ ਬਣਾ ਕੇ ਭੇਜ ਰਹੇ ਹਾਂ ਦੈਟਸ ਫਾਈਨ ਪਰ ਜੇ ਤੁਸੀਂ ਚੱਲਦੇ ਟਰੱਕ ਦੇ ਵਿੱਚ ਵੀਡੀਓ ਬਣਾਉਂਦੇ ਹੈਗੇ ਚੱਲਦੇ ਟਰੱਕ ਦੇ ਵਿੱਚ ਤੁਸੀਂ ਕੁਛ ਕਰਦੇ ਹੈਗੇ ਆ ਆਪਾਂ ਬਹੁਤ ਆਪਣਾ ਹਰਜੋਤ ਭਾਜੀ ਊਠ ਦੇਖੇ ਹੈਗੇ ਆ ਜਿਹੜੇ ਚੱਲਦੇ ਟਰੱਕ ਦੇ ਵਿੱਚ ਸੀਟਾਂ ਤੋਂ ਖੜੇ ਹੋ ਜਾਂਦੇ ਆ ਟਰੱਕ ਨੂੰ ਛੱਡ ਦਿੰਦੇ ਆ ਇਹ ਕਰਦੇ ਉਹ ਕਰ ਬਹੁਤ ਕੁਛ ਦੇਖਿਆ ਪਰ ਜਿਹੜਾ ਆ ਵੀਡੀਓ ਬਣਾਉਣ ਦਾ ਮਸਲਾ ਹੈ ਨਾ ਇਹ ਇੱਕ ਬਹੁਤ ਵੱਡਾ ਮਸਲਾ ਹੈਗਾ ਕਿ ਤੁਸੀਂ ਆਪਣੀ ਸੇਫਟੀ ਜਿਹੜੀ ਆ ਉਹਨੂੰ ਜੈਪਰਡੀ 'ਚ ਪਾ ਕੇ ਅਤੇ ਤੁਸੀਂ ਕਿਸੇ ਨੂੰ ਛੋਟੀ ਜਿਹੀ ਨਿਊਜ਼ ਦੇ ਰਹੇ ਕਿ ਇੱਥੇ ਟ੍ਰੈਫਿਕ ਲੱਗਾ ਇਜ਼ ਇਟ ਵਰਥ ਇਟ ਯੋਰ ਲਾਈਫ ਇਹ ਤੁਹਾਡੀ ਜ਼ਿੰਦਗੀ ਦੇ ਲਈ ਵਰਥ ਇਟ ਹੈਗਾ ਇਹ ਮਤਲਬ ਮੈਨੂੰ ਤਾਂ ਨਹੀਂ ਸਮਝ ਆਉਂਦੀ ਕਿ ਇਹ ਇੰਨੀ ਛੋਟੀ ਜਿਹੀ ਚੀਜ਼ ਦੇ ਵਾਸਤੇ ਤੁਸੀਂ ਆਪਣੀ ਸੇਫਟੀ ਜਿਹੜੀ ਆ ਉਹ ਤੁਸੀਂ ਬਿਲਕੁਲ ਮਤਲਬ ਕਿ ਛਿੱਕੇ ਟੰਗ ਦਿੰਦੇ ਆ ਤੁਹਾਨੂੰ ਇਹ ਕੁਛ ਨਹੀਂ ਹੈਗਾ ਵੀ ਮਤਲਬ ਇਹ ਉਹਦੇ ਨਾਲ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਹੈ ਜੀ ਸੋ ਕਿਉਂ ਇੰਨਾ ਰਿਸਕ ਲੈਂਦੇ ਜੀ ਬਿਲਕੁਲ ਹਾਜ਼ਰੀ ਇਹ ਗੱਲ ਹੈਗੀ ਹੈ ਕਿ ਸੇਫਟੀ ਜਿਹੜੀ ਹੈਗੀ ਆ ਖਾਸ ਕਰਕੇ ਜਦੋਂ ਟਰੈਕਿੰਗ ਦੀ ਆਪਾਂ ਗੱਲ ਕਰਦੇ ਹਾਂ ਅਤੇ ਸੇਫਟੀ ਜਿਹੜੀ ਆ ਉਹ ਕਈ ਵਾਰੀ ਅੱਖੋਂ ਉਹਦੇ ਕਰ ਦਿੱਤੀ ਜਾਂਦੀ ਆ ਔਰ ਖਾਸ ਕਰਕੇ ਆਪਾਂ ਬਹੁਤ ਵਾਰੀ ਦੇਖਦੇ ਹਾਂ ਕਿ ਆਪਣੀਆਂ ਜਿਹੜੀਆਂ ਵੀਡੀਓਜ਼ ਆ ਜਿਹੜੀਆਂ ਵੀ ਟਰੈਕਿੰਗ ਲਾਈਨ ਦੇ ਵਿੱਚ ਜਿਹੜੇ ਹੈਗੇ ਆ ਉਹ ਜਦੋਂ ਰੋਡ 'ਤੇ ਚੱਲ ਰਹੇ ਹੈਗੇ ਆ ਉਹ ਵੀਡੀਓਜ਼ ਲਾਈਵ ਸ਼ੂਟ ਕਰਦੇ ਆ ਵੀਡੀਓਜ਼ ਬਣਾਉਂਦੇ ਆ ਯਾਰ ਮੇਰੀ ਗੱਲ ਸੁਣੋ ਹਰ ਇੱਕ ਬੰਦੇ ਨੂੰ ਐਕਟਿਵ ਹੋਣਾ ਚਾਹੀਦਾ ਹਰ ਇੱਕ ਬੰਦੇ ਨੂੰ ਆਪਣਾ ਆਪ ਸੰਭਲ ਕੇ ਚੱਲਣਾ ਚਾਹੀਦਾ ਔਰ ਰੈਗੂਲਰ ਮੈਥਡ ਦੇ ਨਾਲ ਜਿਹੜੀਆਂ ਚੀਜ਼ਾਂ ਇਹ ਦੇਖਣੀਆਂ ਅਤੇ ਸਮਝਣੀਆਂ ਚਾਹੀਦੀਆਂ ਨਾ ਕਿ ਅਸੀਂ ਇੱਕ ਜਿਹੜਾ ਟਰੱਕ ਡਰਾਈਵਰ ਹੈਗਾ ਉਹ ਟਰੱਕ ਚਲਾਉਂਦਾ ਸੇਫਟੀ ਨੂੰ ਸਿੱਕੇ ਟੰਗ ਕੇ ਅਤੇ ਉਹ ਫਿਰ ਰਸਤੇ 'ਚ ਵੀਡੀਓ ਬਣਾਉਂਦੇ ਜਾਂਦੇ ਆ ਅਤੇ ਇੱਕ ਦੂਜੇ ਨੂੰ ਦੱਸਦੇ ਆ ਕਿ ਭਾਈ ਇੱਥੇ ਟ੍ਰੈਫਿਕ ਹੈਗਾ ਉੱਥੇ ਹੁਣ ਜੇ ਕੋਈ ਕੈਲੀਫੋਰਨੀਆ 'ਚ ਬੈਠਾ ਹੈ ਉਹਦੇ ਲਈ 40 ਦੇ ਉੱਤੇ ਟ੍ਰੈਫਿਕ ਜੇ ਓਕਲਾਹੋਮਾ 'ਚ ਹੈਗਾ ਨਥਿੰਗ ਟੂ ਡੂ ਵਿਦ ਇਟ ਜਿੰਨੇ ਕੁ ਕਿੰਨੇ ਕੁ ਉੱਥੇ 40 ਦੇ ਉੱਤੇ ਬੰਦੇ ਜਿਹੜੇ ਆਪਣੇ ਅਗਲੇ 50 ਮੀਲ ਕਿੰਨੇ ਕੁ ਬੰਦੇ ਹੋਣਗੇ ਜਿਹਨਾਂ ਨੂੰ ਦੱਸਣ ਦੀ ਲੋੜ ਹੈਗੀ ਆ ਵੀ ਆਹ ਚੀਜ਼ ਹੈਗੀ ਆ ਹਾਂ ਠੀਕ ਆ ਜੇ ਕੋਈ ਅਰਜੈਂਸੀ ਹੈਗੀ ਆ ਕੋਈ ਵੱਡਾ ਹੈਪਨ ਹੋਇਆ ਉਹਦਾ ਠੀਕ ਆ ਖੜੇ ਹੋ ਕੇ ਤੁਸੀਂ ਕੋਈ ਵੀਡੀਓ ਬਣਾ ਕੇ ਭੇਜ ਰਹੇ ਹਾਂ ਦੈਟਸ ਫਾਈਨ ਪਰ ਜੇ ਤੁਸੀਂ ਚੱਲਦੇ ਟਰੱਕ ਦੇ ਵਿੱਚ ਵੀਡੀਓ ਬਣਾਉਂਦੇ ਹੈਗੇ ਚੱਲਦੇ ਟਰੱਕ ਦੇ ਵਿੱਚ ਤੁਸੀਂ ਕੁਛ ਕਰਦੇ ਹੈਗੇ ਆ ਆਪਾਂ ਬਹੁਤ ਆਪਣਾ ਹਰਜੋਤ ਭਾਜੀ ਊਠ ਦੇਖੇ ਹੈਗੇ ਆ ਜਿਹੜੇ ਚੱਲਦੇ ਟਰੱਕ ਦੇ ਵਿੱਚ ਸੀਟਾਂ ਤੋਂ ਖੜੇ ਹੋ ਜਾਂਦੇ ਆ ਟਰੱਕ ਨੂੰ ਛੱਡ ਦਿੰਦੇ ਆ ਇਹ ਕਰਦੇ ਉਹ ਕਰ ਬਹੁਤ ਕੁਛ ਦੇਖਿਆ ਪਰ ਜਿਹੜਾ ਆ ਵੀਡੀਓ ਬਣਾਉਣ ਦਾ ਮਸਲਾ ਹੈ ਨਾ ਇਹ ਇੱਕ ਬਹੁਤ ਵੱਡਾ ਮਸਲਾ ਹੈਗਾ ਕਿ ਤੁਸੀਂ ਆਪਣੀ ਸੇਫਟੀ ਜਿਹੜੀ ਆ ਉਹਨੂੰ ਜੈਪਰਡੀ 'ਚ ਪਾ ਕੇ ਅਤੇ ਤੁਸੀਂ ਕਿਸੇ ਨੂੰ ਛੋਟੀ ਜਿਹੀ ਨਿਊਜ਼ ਦੇ ਰਹੇ ਕਿ ਇੱਥੇ ਟ੍ਰੈਫਿਕ ਲੱਗਾ ਇਜ਼ ਇਟ ਵਰਥ ਇਟ ਯੋਰ ਲਾਈਫ ਇਹ ਤੁਹਾਡੀ ਜ਼ਿੰਦਗੀ ਦੇ ਲਈ ਵਰਥ ਇਟ ਹੈਗਾ ਇਹ ਮਤਲਬ ਮੈਨੂੰ ਤਾਂ ਨਹੀਂ ਸਮਝ ਆਉਂਦੀ ਕਿ ਇਹ ਇੰਨੀ ਛੋਟੀ ਜਿਹੀ ਚੀਜ਼ ਦੇ ਵਾਸਤੇ ਤੁਸੀਂ ਆਪਣੀ ਸੇਫਟੀ ਜਿਹੜੀ ਆ ਉਹ ਤੁਸੀਂ ਬਿਲਕੁਲ ਮਤਲਬ ਕਿ ਛਿੱਕੇ ਟੰਗ ਦਿੰਦੇ ਆ ਤੁਹਾਨੂੰ ਇਹ ਕੁਛ ਨਹੀਂ ਹੈਗਾ ਵੀ ਮਤਲਬ ਇਹ ਉਹਦੇ ਨਾਲ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਹੈ ਜੀ ਸੋ ਕਿਉਂ ਇੰਨਾ ਰਿਸਕ ਲੈਂਦੇ